ਐਡੀ ਪੜ੍ਹਾਈ ਕਰਕੇ ਨੌਕਰੀ 'ਚ ਆਏ ਨੇ ਅਤੇ ਦਿਮਾਗ ਫਿਰ ਇਹਦਾ ਮੈਂ ਨੌਕਰਾਂ ਵਾਲਾ ਹੀ ਹੈ ਨਾ, ਇਹਦਾ ਮੈਂ ਕਿਸੇ ਦੇ ਪਿੱਛੇ ਲੱਗ ਕੇ ਗਲਤ ਬਿਆਨ ਦਿੱਤੇ, ਉਦੋਂ ਸਮਝ ਨਹੀਂ ਆਈ ਕਿ ਆਫਟਰ ਆਲ ਮੋਬਾਈਲ ਡਿਵਾਈਸ ਯੂਜ਼ ਹੋਈ ਹੈ, ਇੰਟਰਨੈਟ ਯੂਜ਼ ਹੋਇਆ, ਕੋਈ ਨਾ ਕੋਈ ਐਸੀਆਂ ਫੈਸਿਲਿਟੀਜ਼ ਯੂਜ਼ ਹੋਈਆਂ ਜਿੱਥੋਂ ਇਹ ਬੰਦਾ ਟਰੇਸ ਹੋ ਜਾਏਗਾ। ਮਾਨ ਸਾਹਿਬ ਨੇ ਵੀ ਜੇ ਗਲਤ ਬਿਆਨਬਾਜ਼ੀ ਕੀਤੀ ਹੈ ਅਤੇ ਉਹਦੇ ਪਿੱਛੇ ਵੀ ਇੱਕ ਅਫਸੋਸਜਨਕ ਕੁਐਸਚਨ ਮਾਰਕ ਲੱਗਦਾ। ਬੇਸ਼ੱਕ ਡੀ ਜੀ ਪੀ ਸਾਹਿਬ 'ਤੇ ਉਦੋਂ ਪ੍ਰੈਸ਼ਰ ਹੋ ਸਕਦਾ, ਮੀਡੀਆ ਦਾ, ਪਬਲਿਕ ਦਾ, ਦੂਜਿਆਂ ਦਾ, ਅਤੇ ਕਲੀਅਰ ਕਹਿੰਦੇ ਕਿ ਮੈਂ 3 ਦਿਨ ਬਾਅਦ ਤੁਹਾਨੂੰ ਪ੍ਰੋਪਰ ਰਿਪੋਰਟ ਦਿਆਂਗਾ। ਐਡਾ 1,00,000 ਤੋਂ ਵੱਧ ਪੁਲਿਸ ਮੁਲਾਜ਼ਮ ਇਹਨਾਂ ਕੋਲ। ਬਲਕੌਰ ਸਿੰਘ ਦੀ ਸਿੱਧੂ ਮੂਸੇਵਾਲੇ ਦੇ ਪਿਤਾ ਦੀ, ਉਹਨਾਂ ਦਾ ਬਿਆਨ ਆਉਂਦਾ ਹੈ ਕਿ ਮੈਂ ਹੁਣ ਚਾਹੇ ਕੁਛ ਵੀ ਹੋ ਜਾਵੇ ਕਿ ਮੈਂ ਪ੍ਰਸ਼ਾਸਨ ਦੇ ਕੋਲ ਨਹੀਂ ਜਾਵਾਂਗਾ ਆਪਣੀ ਗਵਾਰ ਲੈ ਕੇ। ਮੈਂ ਗਵਾਹ ਹਾਂ ਉਹਦਾ, ਰਿਟਨ ਕੰਪਲੇਂਟ ਦਿੱਤੀ, ਜੱਜ ਮੁੱਕਰ ਗਿਆ, ਕਹਿੰਦਾ ਇੱਥੇ ਹੋਇਆ ਕੁਛ ਨਹੀਂ, ਕਿੱਥੋਂ ਇਨਸਾਫ ਲੈਣ ਜਾਓਗੇ। ਮੈਨੂੰ ਧਮਕੀ ਦਿੱਤੀ ਕਿ ਜੇ ਤੂੰ ਇਹਦਾ ਇਹਨਾਂ ਦਾ ਸਾਥ ਦੇਗਾ ਤਾਂ ਮੈਂ ਤੇਰੇ 'ਤੇ 4 ਲੈਣਾ ਲਿਖੂੰਗੀ। ਮੈਂ ਕਿਹਾ ਨਹੀਂ, 10 ਲਿਖਿਓ, 4 'ਚ ਮੇਰਾ ਘਰ ਨਹੀਂ ਭਰਨਾ। ਉਸ ਵੇਲੇ ਕਿਉਂ ਨਹੀਂ ਪਤਾ ਲੱਗਾ ਇੱਕ ਇਲੈਕਟ੍ਰੋਨਿਕ ਡਿਵਾਈਸ ਨਾਲ ਰਿਕਾਰਡਿੰਗ ਹੋਈ ਹੈ। ਅੱਜ ਮੈਂ ਆਪਣੀ ਜਨਤਾ ਨੂੰ ਇੱਕ ਹੋਰ ਨੌਲੇਜ ਦਿੰਦਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਸੋਨੂੰ ਜਾਂਸਲਾ ਅਤੇ ਤੁਸੀਂ ਦੇਖ ਰਹੇ ਹੋ ਚੈਨਲ 7 ਰੰਗ। ਲੋਰਿਸ ਬਿਸ਼ਨੋਈ ਅੱਜ ਇੱਕ ਵੱਡਾ ਨਾਂ ਗੈਂਗਸਟਰ ਦੇ ਵਿੱਚ, ਜਿਸ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਮਰਵਾ ਦਿੱਤਾ ਅਤੇ ਬਾਲੀਵੁੱਡ ਦੇ ਐਕਟਰ ਸਲਮਾਨ ਖਾਨ ਨੂੰ ਨਿੱਤ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਇੱਕ ਇੰਟਰਵਿਊ ਨਿਕਲ ਕੇ ਸਾਹਮਣੇ ਆਉਂਦਾ ਜਿੱਥੇ ਬਹੁਤ ਵੱਡੇ ਸਵਾਲ ਖੜ੍ਹੇ ਹੋ ਜਾਂਦੇ ਨੇ ਪ੍ਰਸ਼ਾਸਨ ਅਤੇ ਸਰਕਾਰਾਂ 'ਤੇ। ਵੱਡੀਆਂ ਉਂਗਲੀਆਂ ਖੜ੍ਹੀਆਂ ਹੁੰਦੀਆਂ ਸੀ ਪੰਜਾਬ ਸਰਕਾਰ 'ਤੇ ਅਤੇ ਪ੍ਰਸ਼ਾਸਨ 'ਤੇ, ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਅਤੇ ਸਰਕਾਰਾਂ ਪੱਲਾ ਝਾੜ ਲੈਂਦੀਆਂ ਇਹ ਕਹਿ ਕੇ ਕਿ ਪੰਜਾਬ ਦੇ ਵਿੱਚ ਇਹ ਇੰਟਰਵਿਊ ਨਹੀਂ ਹੋਇਆ। ਪਰ ਮਾਣਯੋਗ ਹਾਈਕੋਰਟ ਅਦਾਲਤ ਨੇ ਸਿਰ ਤਿਆਰ ਕੀਤੀ, ਜਿਸ ਦੇ ਵਿੱਚ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਹੀ ਹੋਇਆ। ਸੋ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੰਜਾਬ ਦੇ ਅਤੇ ਚੰਡੀਗੜ੍ਹ ਦੇ ਮਸ਼ਹੂਰ ਐਡਵੋਕੇਟ ਸੁਨੀਲ ਮੱਲਨ ਜੀ ਨੇ, ਇਸੇ ਮੁੱਦੇ 'ਤੇ ਗੱਲਬਾਤ ਕਰਾਂਗੇ। ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਅਤੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਜੀ। ਸਰ, ਕੀ ਕਹਿਣਾ ਚਾਹੋਗੇ? ਸਵਾਲ ਵੱਡੇ ਖੜ੍ਹੇ ਹੋ ਜਾਂਦੇ ਨੇ ਜਿਸ ਟਾਈਮ ਪ੍ਰਸ਼ਾਸਨ 'ਤੇ ਉਂਗਲਾਂ ਉੱਠਦੀਆਂ ਨੇ, ਸਰਕਾਰਾਂ 'ਤੇ ਉਂਗਲਾਂ ਉੱਠਦੀਆਂ ਨੇ ਕਿ ਇਹ ਪੰਜਾਬ ਦੇ ਵਿੱਚ ਇੰਟਰਵਿਊ ਹੋਇਆ ਲੋਰਿਸ ਬਿਸ਼ਨੋਈ ਦਾ, ਜਿਸ ਨੇ ਸਿੱਧੂ ਮੂਸੇਵਾਲੇ ਨੂੰ ਮਰਵਾ ਦਿੱਤਾ, ਅਤੇ ਬਾਅਦ ਦੇ ਵਿੱਚ ਉਹ ਪੱਲਾ ਝਾੜ ਲੈਂਦੀਆਂ ਨੇ ਕਿ ਇਹ ਇੰਟਰਵਿਊ ਨਹੀਂ ਹੋਇਆ, ਪਰ ਬਾਅਦ ਦੇ ਵਿੱਚ ਸਿੱਟ ਵੱਲੋਂ ਇਹ ਸਾਬਿਤ ਹੋ ਜਾਂਦਾ ਕਿ ਇਹ ਪੰਜਾਬ ਦੇ ਵਿੱਚ ਇੰਟਰਵਿਊ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਅਫਸੋਸਜਨਕ ਗੱਲ ਮੈਂ ਕਹਾਂਗਾ, ਸਾਡੇ ਡੀ ਜੀ ਪੀ ਸਾਹਿਬ ਨੇ ਉਹ ਜਦੋਂ ਮੁੱਦਾ ਆਇਆ ਇੱਕਦਮ ਬਿਆਨ ਦੇ ਦਿੱਤਾ। ਦੇਖੋ, ਪੋਲੀਟੀਕਲ ਪਾਰਟੀ ਕੋਈ ਵੀ ਬਿਆਨ ਦੇਵੇ, ਖੈਰ ਉਹਦਾ ਇੰਨਾ ਅਸਰ ਨਹੀਂ ਹੁੰਦਾ। ਉਹ ਈਵਨ ਯਾਦ ਕਰੋ, ਬਿਫੋਰ ਸਟੋਪ ਦੇ ਉੱਤੇ ਨਾ ਉਹਨੇ ਪੱਪੂ ਨੇ, ਕੀ ਨਾਂ ਉਹਦਾ ਮੈਨੂੰ ਨਾ ਹੀ ਭੁੱਲ ਗਿਆ, ਜਿਹੜਾ ਪੱਪੂ ਕਾਂਗਰਸ ਦਾ ਜਿਹੜਾ ਲੀਡਰ ਹੈ, ਰਾਜੀਵ ਗਾਂਧੀ ਦਾ ਬੇਟਾ, ਕੀ ਨਾਂ ਉਹਦਾ, ਰਾਹੁਲ ਗਾਂਧੀ, ਪੱਪੂ ਹੀ ਹੁਣ ਸਰ, ਪੱਪੂ ਹੀ ਮੂੰਹ 'ਤੇ ਨਾ ਚੜ੍ਹਿਆ, ਕੀ ਕਰੀਏ। ਉਸ ਬੰਦੇ ਨੇ ਕਿਹਾ ਸੀ ਕਿ ਸਾਨੂੰ ਇਹ ਸੂਚਨਾ ਮਿਲ ਗਈ ਕਿ ਬਿਫੋਰ ਸਟੋਪ 'ਚ ਉਂਝ ਹੋ ਗਿਆ। ਉਹਦੇ 'ਤੇ FIR ਹੋਈ ਸੀ ਕਿ ਡਿਫੈਂਸ ਦੀ ਸੀਕ੍ਰੇਟ ਇਨਫੋਰਮੇਸ਼ਨ ਤੇਰੇ ਕੋਲ ਕਿਵੇਂ ਪਹੁੰਚੀ। ਇਸੇ ਤਰ੍ਹਾਂ ਪੋਲੀਟੀਕਲ ਪਾਰਟੀ ਵੀ ਕੁਛ ਵੀ ਨਹੀਂ ਬੋਲ ਸਕਦੀ। ਹੁਣ ਪ੍ਰੋਬਲਮ ਕਿੱਥੇ ਹੈ? ਪ੍ਰੋਬਲਮ ਇਹ ਹੈ ਕਿ ਡੀ ਜੀ ਪੀ ਸਾਹਿਬ ਕੌਨਸਟੀਟਿਊਸ਼ਨਲ ਪੋਸਟ ਔਰ ਸਟੇਟ ਦਾ ਮਾਲਕ, ਲਾ ਐਂਡ ਆਰਡਰ ਦਾ, ਬੇਸਿਕਲੀ ਪੁਲਿਸ ਦਾ ਕੰਮ ਲਾਅ ਨੂੰ ਪ੍ਰੋਟੈਕਟ ਕਰਨਾ ਪਲੱਸ ਪ੍ਰੀਵੈਂਟ ਕਰਨਾ ਕ੍ਰਾਈਮ। ਇਹ ਲੋਕ ਪ੍ਰੀਵੈਂਟਿਵ ਕਰ ਹੀ ਨਹੀਂ ਰਹੇ, ਕਿਊਰੇਟਿਵ ਕਰ ਰਹੇ ਨੇ ਕਿ ਕਤਲ ਹੋ ਗਿਆ, ਉਸ ਤੋਂ ਬਾਅਦ ਲੱਭਣ ਆ ਗਏ ਸਬੂਤ, ਫਲਾਣਾ ਕਰਨ ਆ ਗਏ। ਇਹ ਸਭ ਲੀਪਾ ਪੋਥੀ ਹੈ, ਇਹ ਨਲੈਕੀ ਹੈ ਪੁਲਿਸ ਮਹਿਕਮਿਆਂ ਦੀ, ਜਦਕਿ ਲਾਅ ਮੁਤਾਬਕ ਉਹਨਾਂ ਦੀ ਜਿਹੜੀ ਪੋਸਟ ਹੈ ਉਹ ਕ੍ਰਾਈਮ ਨੂੰ ਪ੍ਰੀਵੈਂਟ ਕਰਨ 'ਤੇ ਹੈ। ਤੁਸੀਂ ਕਦੇ ਵੀ ਸੜਕ 'ਤੇ ਟ੍ਰੈਫਿਕ ਪੁਲਿਸ ਵਾਲਾ ਟ੍ਰੈਫਿਕ ਮੈਨੇਜ ਕਰਦਾ ਸ਼ਾਇਦ ਨਾ ਵੇਖੋ, ਟ੍ਰੈਫਿਕ ਦੇ ਚਲਾਨ ਕੱਟਣ ਲਈ ਟੀਮ ਬਣਾ ਕੇ ਬਹਿ ਜਾਂਦੇ ਨੇ।
ਔਰ ਬਹਿੰਦੇ ਉੱਥੇ ਆ ਜਿੱਥੇ ਕਿਤੇ ਬੰਦੇ ਨੂੰ ਨਾ ਮੇਰੇ ਵਰਗੇ ਨੂੰ ਡਰਾਈਵਿੰਗ ਕਰਨ ਲੱਗਿਆਂ ਸਾਹ ਆਉਂਦਾ ਵੀ ਚੱਲ ਸ਼ੁਕਰ ਹੈ ਖਾਲੀ ਸੜਕ ਮਿਲੀ, ਹੁਣ ਮੈਂ ਆਰਾਮ ਨਾਲ ਇੱਕ ਵਾਰੀ ਭੀੜ 'ਚੋਂ ਨਿਕਲ ਕੇ ਸਾਈਡ 'ਤੇ ਲਾ ਕੇ ਅਤੇ ਆਪਣੇ ਰੂਟੀਨ 'ਚ ਗੱਡੀ ਚਲਾਵਾਂ। ਜਿੱਥੇ ਭੀੜ ਹੋਏਗੀ ਉੱਥੇ ਤੁਹਾਨੂੰ ਪੁਲਿਸ ਵਾਲੇ ਮਿਲਣਗੇ ਨਹੀਂ, ਪੁਲਿਸ ਨੂੰ ਟ੍ਰੈਫਿਕ ਨੂੰ ਮੈਨੇਜ ਕਰਦੇ। ਸੋ ਡੀ ਜੀ ਪੀ ਵਰਗੇ ਸਾਹਿਬ ਦਾ ਇਹੋ ਜਿਹਾ ਬਿਆਨ ਆਉਣਾ ਬੜੀ ਸ਼ਰਮ ਦੀ ਗੱਲ ਹੈ ਪਹਿਲੀ ਗੱਲ, ਔਰ ਬੜੀ ਖਤਰੇ ਦੀ ਵੀ ਗੱਲ ਹੈ ਕਿ ਕਿਉਂ ਡੀ ਜੀ ਪੀ ਸਾਡੇ ਪੰਜਾਬ ਦੇ ਕਿਹੜੇ ਪ੍ਰੈਸ਼ਰ 'ਚ ਉਹਨਾਂ ਨੇ ਇਹੋ ਜਿਹਾ ਬਿਆਨ ਦਿੱਤਾ। ਹੁਣ ਗੱਲ ਬੜੀ ਅਗਲੀ ਸਿੰਪਲ ਦਿਖਾਉਂਦਾ ਮੈਂ, ਇਹ ਕੈਮਰਾ ਹੈ, ਇਹ ਕੈਮਰੇ ਵਿੱਚ ਅੱਜ ਰਿਕਾਰਡਿੰਗ ਚੱਲ ਰਹੀ ਹੈ, ਲਾਈਵ ਆਪਾਂ ਇਸ ਵੇਲੇ ਹੈ, ਰਾਈਟ, ਲਾਈਵ ਰਿਕਾਰਡਿੰਗ ਹੈ। ਇਹ ਕੈਮਰੇ 'ਚ ਜਿਹੜਾ ਵੀ ਡਿਵਾਈਸ ਹੈ ਰਿਕਾਰਡਿੰਗ ਦਾ ਪਿਆ ਹੋਇਆ, ਤੁਸੀਂ ਉਹ ਡਿਵਾਈਸ ਨੂੰ FSL ਲੈਬ 'ਚ ਭੇਜ ਦਿਓ। ਨਾਗਪੁਰ 'ਚ ਅਲੱਗ ਤਰ੍ਹਾਂ ਦੀਆਂ ਹੈ, ਮਹਾਰਾਸ਼ਟਰਾ 'ਚ ਹੈ, ਪੰਜਾਬ 'ਚ ਵੀ ਹੈ, ਫੋਰਨ 'ਚ ਵੀ ਹੈਗੀਆਂ ਲੈਬਸ, ਆਰਮੀ ਕੋਲ ਵੀ ਹੈ। ਇਸ ਕੈਮਰੇ ਨੇ ਕਿਹੜੀ ਤਰੀਕ ਨੂੰ ਕਿੰਨੇ ਵੱਜ ਕੇ ਕਿੰਨੇ ਮਿੰਟ 'ਤੇ ਕਿਹੜੇ ਕੈਮਰੇ ਤੋਂ ਕਿਹੜੀ ਲੋਕੇਸ਼ਨ ਤੋਂ ਇਹ ਵੀਡੀਓ ਬਣਾਈ ਸੀ, ਟਰੇਸ ਹੋ ਜਾਏਗੀ। ਤੁਸੀਂ ਇਸ ਵੀਡੀਓ ਨੂੰ 5 ਲੱਖ ਬੰਦਿਆਂ ਨੂੰ ਫਾਰਵਰਡ ਕਰ ਦਿਓ, ਮਾਸਟਰ ਕੈਮਰਾ ਰਿਕਾਰਡ 'ਚ ਆ ਜਾਏਗਾ, ਟਾਈਮ ਲੱਗੇਗਾ ਆ ਜਾਏਗਾ। ਅਤੇ ਇਹਦਾ ਮਤਲਬ ਜਦੋਂ ਉਹ ਵੀ ਰਿਕਾਰਡਿੰਗ ਹੋਈ, ਸਾਡੇ ਉਹ ਪੱਤਰਕਾਰ ਸਰ ਬੜੇ ਵਧੀਆ ਬੰਦੇ ਨੇ, ਉਹਨਾਂ ਨੇ ਕੀਤੀ ਸੀ, ਅਤੇ ਉਸ ਵੇਲੇ ਕਿਉਂ ਨਹੀਂ ਪਤਾ ਲੱਗਾ ਕਿ ਬਈ ਇੱਕ ਇਲੈਕਟ੍ਰੋਨਿਕ ਡਿਵਾਈਸ ਨਾਲ ਰਿਕਾਰਡਿੰਗ ਹੋਈ ਹੈ। ਅੱਜ ਮੈਂ ਆਪਣੀ ਜਨਤਾ ਨੂੰ ਇੱਕ ਹੋਰ ਨੌਲੇਜ ਦਿੰਦਾ, ਜਦੋਂ ਕੋਈ ਪ੍ਰਿੰਟਰ 'ਚੋਂ ਕਾਗਜ਼ ਨਿਕਲਦਾ ਹੈ, ਉੱਤੇ ਪ੍ਰਿੰਟ ਹੋਇਆ ਹੁੰਦਾ, ਤੁਹਾਨੂੰ ਇਹ ਦੱਸਦੀ ਹੈ ਵੀ ਹਰ ਅੱਖਰ ਦੇ ਵਿੱਚ ਪ੍ਰਿੰਟਰ ਸਿਗਨੇਚਰ ਹੁੰਦੇ ਨੇ। ਪ੍ਰਿੰਟਰ ਸਿਗਨੇਚਰ ਦਾ ਮਤਲਬ ਕੀ ਹੈ ਕਿ ਪ੍ਰਿੰਟਰ ਦੇ ਵਿੱਚ ਕਿਹੜਾ ਪ੍ਰਿੰਟਰ ਹੈ, ਕਿਹੜੀ ਥਾਂ ਹੈ, ਜੋ ਮੈਂ ਤੁਹਾਨੂੰ ਦੱਸੀ ਹਾਂ, ਐਵਰੀ ਲੋਕੇਸ਼ਨ, ਐਵਰੀ ਇਨਫੋਰਮੇਸ਼ਨ ਆਫ ਦਾ ਪ੍ਰਿੰਟਰ, ਔਰ ਇਹ ਪ੍ਰਿੰਟਰ ਕਿਹੜੇ ਔਥਰ ਨਾਲ ਜੁੜਿਆ, ਕਿਹੜੀ ਵਿੰਡੋਜ਼ ਨਾਲ ਜੁੜਿਆ, ਕਿੱਥੋਂ ਚੱਲਿਆ, ਕਿਹੜਾ ਇੰਟਰਨੈਟ ਇਹਨੇ ਇਸਤੇਮਾਲ ਕੀਤਾ। ਇੱਕ ਨਿੱਕੀ ਜਿਹੀ ਲਾਈਨ 'ਚ ਆਈ ਲਿਖ ਦਿਉ, ਛੋਟੀ ਆਈ, ਉਹਦੀ ਬਿੰਦੀ 'ਚ ਵੀ ਉਹ ਪ੍ਰਿੰਟਰ ਸਿਗਨੇਚਰ ਅਵੇਲੇਬਲ ਨੇ। ਅੱਜ ਮੈਂ ਜਨਤਾ ਨੂੰ ਇੰਨੀ ਗੱਲ ਦੱਸਦਾ, ਉਹ ਜਿਹੜਾ ਮੁਸ਼ਰਫ ਤੋਂ ਪਹਿਲਾਂ ਸੀਗਾ ਨਵਾਜ਼ ਸ਼ਰੀਫ ਕਿ ਕੌਣ ਸੀ ਪਾਕਿਸਤਾਨ ਦਾ ਜਿਹੜਾ ਰਾਸ਼ਟਰਪਤੀ ਜਿਹਨੂੰ ਇਹਨਾਂ ਨੇ ਅੰਦਰ ਕੀਤਾ ਸੀ, ਉਹਨੇ ਇਹੋ ਤਾਂ ਝੂਠ ਬੋਲਿਆ ਸੀ ਕਿ ਇਹ ਜੀ ਪੁਰਾਣਾ ਹੈ ਅਤੇ ਜਦਕਿ ਉਹ ਫੌਂਟ ਪਿਛਲਾ ਸੀ। ਇਸੇ ਤਰ੍ਹਾਂ ਇਹ ਚੀਜ਼ ਕਨਫਰਮ ਸੀ ਕਿ ਇਲੈਕਟ੍ਰੋਨਿਕ ਡਿਵਾਈਸ ਨਾਲ ਰਿਕਾਰਡਿੰਗ ਹੋ ਰਹੀ ਹੈ, ਇਹਦੀ ਸਾਰੀ ਟਰੇਸੇਬਿਲਟੀ ਨਿਕਲ ਆਉਣੀ ਹੈ। ਅਤੇ ਜਦੋਂ ਸਾਡੇ ਪੰਜਾਬ ਦੇ ਕੌਨਸਟੀਟਿਊਸ਼ਨਲ ਪੋਸਟ ਵਾਲੇ ਬੰਦੇ ਝੂਠ ਬੋਲਦੇ ਨੇ, ਇਹਦਾ ਮਤਲਬ ਆਪਾਂ ਹੁਣ ਸੱਚੀ ਮੁੱਚੀ ਖਤਰੇ ਵੱਲ ਤੁਰ ਰਹੇ ਹਾਂ, ਸਾਨੂੰ ਵੱਡੇ ਅਲਾਰਮ ਵੱਜ ਰਹੇ ਨੇ। ਔਰ ਕਿੱਡੀ ਔਖੀ ਗੱਲ ਹੈ ਕਿ ਇੱਕ ਕਸਟਡੀ 'ਚ ਬੰਦਾ ਹੋਵੇ ਜਿਹਨੂੰ ਪੁਲਿਸ ਕਹਿ ਰਹੀ ਹੈ, ਜਿਹਨੂੰ ਬਾਕੀ ਏਜੰਸੀਆਂ ਕਹਿ ਰਹੀਆਂ ਕਿ ਹਾਰਡ ਕੋਰ ਕ੍ਰਿਮੀਨਲ ਹੈ, ਔਰ ਉਹਦਾ ਮਤਲਬ ਉਹ 2-2 ਲੱਖ ਦੀ ਜੈਕਟ ਪਾ ਕੇ ਆ ਰਿਹਾ, 20,000 ਦੇ ਬੂਟ ਪਾ ਕੇ ਆ ਰਿਹਾ, ਔਰ ਫਿਰ ਇਹਦਾ ਮਤਲਬ ਉਹਨੂੰ ਅੰਦਰ ਵੀ ਪੂਰੇ ਆਰਾਮ ਮਿਲਦੇ ਪਏ ਹੋਣਗੇ। ਸੋ ਪਿੱਛੇ ਜੇ ਉਹ ਮੋਬਾਈਲ ਫੜੇ ਗਏ ਸੀ, ਪਿੱਛੇ ਜੇ ਕਈ ਜੇਲ੍ਹਾਂ ਦੇ ਜਿਹੜੇ ਨਿਰੀਕਸ਼ਣ ਹੋਏ ਉਹਦੇ ਵਿੱਚ ਕਈ ਕੁਛ ਫੈਸਿਲਿਟੀਆਂ ਪਾਈਆਂ ਗਈਆਂ, ਔਰ ਪਿੱਛੇ ਜੇ ਇੱਕ ਮੈਂ ਹੋਰ ਖਬਰ ਦੇਖ ਰਿਹਾ ਸੀ ਕਿ ਕਿੱਦਾਂ ਦੀ ਫੈਸਿਲਿਟੀ ਲੈਣੀ, ਉਹਦਾ ਰੇਟ ਲਿਖਿਆ ਹੋਇਆ, ਬੀੜੀ ਦਾ ਬੰਡਲ 1200 ਰੁਪਏ ਦਾ, ਸਿਗਰਟਾਂ ਦਾ ਬੰਡਲ 2000 ਰੁਪਏ ਦਾ, ਇਸ ਤਰ੍ਹਾਂ ਰੇਟ ਲਿਖੇ ਸੀ ਵੀ ਜੇ ਤੁਸੀਂ ਦੇਸੀ ਘਿਓ ਦਾ ਤੜਕਾ ਲਾ ਕੇ ਦਾਲ ਖਾਣੀ ਹੈ ਤਾਂ ਈਵਨ ਵੱਖਰੀ ਕਿਚਨ ਵੀ ਅੰਦਰ ਤਿਆਰ ਹੋਈ ਹੋਈ ਹੈ। ਸੋ ਜੇ ਉੱਥੇ ਵੀ ਇਹੋ ਜਿਹਾ ਵਿਤਕਰਾ, ਔਰ ਉੱਥੇ ਜੀ ਇਹੋ ਜਿਹੀ ਪੈਸੇ ਨਾਲ ਸਰਵਿਸ ਮਿਲ ਰਹੀ ਹੈ, ਤਾਂ ਡੈਫੀਨੇਟਲੀ ਕਰਨਾ ਕੀ ਹੈ, ਦੋ ਬੰਦੇ ਜੇਲ੍ਹ ਦੇ ਹੀ ਲੱਭਣੇ ਆ ਜਿਹੜੇ ਇਹ ਕੰਮ ਕਰਦੇ ਨੇ। ਦੇਖੋ ਸੁਪਰਡੈਂਟ ਜੇਲ੍ਹ ਮੈਨੂੰ ਬਣਾਓ, ਮੈਨੂੰ ਪਤਾ ਹੋਏਗਾ ਨਾ ਮੇਰੇ ਅੰਦਰ ਕੀ ਚੱਲ ਰਿਹਾ। ਇੱਕ ਅੱਧੀ ਛੋਟੀ ਮੋਟੀ ਘਪਲਾ ਚੱਲ ਸਕਦਾ, ਲਾਰਜ ਸਕੇਲ ਦੇ ਚੱਲ ਸਕਦਾ, ਉੱਥੇ ਦੋ ਤਰ੍ਹਾਂ ਦੀਆਂ ਅਲੱਗ ਅਲੱਗ ਫੋਰਸਿਸ ਹੁੰਦੀਆਂ, CIFS ਹੁੰਦੀ ਹੈ ਅਤੇ ਪਲੱਸ ਪੰਜਾਬ ਪੁਲਿਸ ਹੁੰਦੀ ਹੈ ਅਤੇ ਪਲੱਸ ਇੱਕ ਹੋਰ ਖੁਫੀਆ ਏਜੰਸੀ ਵੀ ਘੁੰਮਦੀ ਹੈ। ਸੋ ਜਿਹੜਾ ਇਹ ਰਿਕਾਰਡਿੰਗ ਹੋਈ ਉਹਦੀ ਟਰੇਸੇਬਿਲਟੀ ਨਾਲ ਜੋ ਕੁਛ ਹੁਣ ਸਾਹਮਣੇ ਆਇਆ ਉਹ ਅਫਸੋਸਜਨਕ ਅਤੇ ਇੱਕ ਤਰ੍ਹਾਂ ਦਾ ਖਤਰਨਾਕ ਕੰਮ ਹੈ। ਹਾਲਾਂਕਿ ਪੰਜਾਬ ਦੇ ਆਫਿਸਰ ਪ੍ਰਮੋਦ ਕੁਮਾਰ ਨੇ ਵੀ ਇਹ ਗੱਲ ਆਖੀ ਸੀ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਹੋਇਆ ਪਰ ਕਿਸੇ ਨੇ ਨਹੀਂ ਮੰਨਿਆ ਹੈਗਾ ਉਸ ਸਮੇਂ, ਅਤੇ ਫਿਰ ਬੜੀ ਅਫਸੋਸ ਦੀ ਗੱਲ ਹੈ ਨਾ।
ਜੇ ਇੱਕ ਅਫਸਰ ਕਹਿ ਰਿਹਾ, ਪਰ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਐਡੇ ਵੱਡੇ ਵੱਡੇ ਅਫਸਰ, ਐਡੇ ਵੱਡੇ ਵੱਡੀਆਂ ਪੜ੍ਹਾਈਆਂ, ਐਡੀ ਪੜ੍ਹਾਈ ਕਰਕੇ ਨੌਕਰੀ 'ਚ ਆਏ ਨੇ, ਠੀਕ ਹੈ, ਅਤੇ ਦਿਮਾਗ ਫਿਰ ਇਹਦਾ ਮੈਂ ਨੌਕਰਾਂ ਵਾਲਾ ਹੀ ਹੈ ਨਾ। ਇਹਦਾ ਮੈਂ ਕਿਸੇ ਦੇ ਪਿੱਛੇ ਲੱਗ ਕੇ ਗਲਤ ਬਿਆਨ ਦਿੱਤੇ, ਉਦੋਂ ਸਮਝ ਨਹੀਂ ਆਈ ਕਿ ਆਫਟਰ ਆਲ ਮੋਬਾਈਲ ਡਿਵਾਈਸ ਯੂਜ਼ ਹੋਈ ਹੈ, ਇੰਟਰਨੈਟ ਯੂਜ਼ ਹੋਇਆ, ਕੋਈ ਨਾ ਕੋਈ ਐਸੀਆਂ ਫੈਸਿਲਿਟੀਜ਼ ਯੂਜ਼ ਹੋਈਆਂ ਜਿੱਥੋਂ ਇਹ ਬੰਦਾ ਟਰੇਸ ਹੋ ਜਾਏਗਾ ਔਰ ਜਿੱਥੋਂ ਇਹ ਰਿਕਾਰਡਿੰਗ ਵੀ ਟਰੇਸ ਹੋ ਜਾਏਗੀ, ਜਿੱਥੋਂ ਬਾਕੀ ਗੱਲਾਂ ਵੀ ਟਰੇਸ ਹੋ ਜਾਣਗੀਆਂ। ਅਤੇ ਫਿਰ ਕੁਛ ਤਾਂ ਗੜਬੜ ਹੋਈ ਹੈ, ਮੀਨਸ ਮੈਨੂਪਲੇਟ ਹੋਇਆ। ਜੇ ਮੈਨੂਪਲੇਟ ਹੋਇਆ ਤਾਂ ਡੈਫੀਨੇਟਲੀ ਅਫਸੋਸ ਦੀ ਗੱਲ ਹੈ। ਇਟ ਮੀਨਸ ਲਾ ਇਜ਼ ਬਾਏ ਚੋਇਸ, ਨੋਟ ਬਾਏ ਕਾਮਨ ਐਂਡ ਨੋਟ ਬਾਏ ਆਰਡਰ। ਇਹਦਾ ਮਤਲਬ ਸਾਰਾ ਕੁਛ ਪਲੈਨ ਹੋ ਕੇ ਚੱਲ ਰਿਹਾ। ਤੁਹਾਨੂੰ ਕੀ ਲੱਗਦਾ ਕਿ ਹੁਣ ਪੰਜਾਬ ਸਰਕਾਰ 'ਤੇ ਪ੍ਰਸ਼ਾਸਨ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ? ਯਾਨੀ ਗੌਰਵ ਯਾਦਵ, ਯਾਨੀ ਇੱਕ ਵੱਡੇ ਅਹੁਦੇ 'ਤੇ DGP ਸਾਹਿਬ ਨੇ ਵੀ ਬਿਆਨ ਦਿੱਤੇ ਸੀ, ਮਾਣਯੋਗ ਜਿਹੜੇ ਭਗਵੰਤ ਮਾਨ ਜੀ ਨੇ ਉਹਨਾਂ ਨੇ ਵੀ ਬਿਆਨ ਦਿੱਤੇ। ਤੁਹਾਨੂੰ ਕੀ ਲੱਗਦਾ ਕਿ ਸਵਾਲ ਵੱਡੇ ਖੜ੍ਹੇ ਹੋ ਜਾਂਦੇ ਨੇ ਕਿ ਕੀ ਹੋਣਾ ਚਾਹੀਦਾ ਹੁਣ? ਦੇਖੋ ਜੀ, ਭਗਵੰਤ ਮਾਨ ਪੋਲੀਟੀਕਲ ਪਾਰਟੀ ਦੇ ਲੀਡਰ ਨੇ ਔਰ ਪੰਜਾਬ ਦੇ ਸਾਡੇ CM ਹੈ ਔਰ CM ਸਾਡੇ ਸਟੇਟ ਦਾ ਇੱਕ ਤਰ੍ਹਾਂ ਦਾ ਬਾਪ ਹੈ ਔਰ ਉਹਦੇ ਕੋਲ ਸਾਰੀਆਂ ਏਜੰਸੀਆਂ ਹੈ। ਉਹ ਇੱਕ ਏਜੰਸੀ ਪੁਲਿਸ ਨੂੰ ਕਹਿੰਦਾ ਵੀ ਤੁਸੀਂ ਟਰੇਸ ਕਰਕੇ ਦੱਸੋ, ਦੂਜੀ ਖੁਫੀਆ ਨੂੰ ਕਹਿੰਦਾ, ਤੀਜੀ CID ਵਾਲਿਆਂ ਨੂੰ ਕਹਿੰਦਾ, ਚੌਥੀ ਚਿੱਟ ਕੱਪੜੇ ਵਾਲਿਆਂ ਨੂੰ ਕਹਿੰਦਾ, ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਲੋਕ ਨੇ ਇਹਨਾਂ ਕੋਲ। ਇਹ 2 ਏਜੰਸੀਆਂ ਤੋਂ 3 ਏਜੰਸੀਆਂ ਤੋਂ ਵੇਰੀਫਾਈ ਕਰਕੇ ਦਿੰਦੇ। ਮੰਨ ਲੈਣਾ DGP ਸਾਹਿਬ ਨੇ ਗਲਤ ਬਿਆਨ ਦਿੱਤੇ ਆ, ਮੰਨ ਲਓ ਇੱਕ ਮਿੰਟ ਲਈ, ਪਰ ਉਹਨਾਂ ਨੇ ਵੀ ਜੇ ਗਲਤ ਬਿਆਨ ਦਿੱਤੇ ਤਾਂ ਬੜੀ ਅਫਸੋਸ ਦੀ ਗੱਲ ਹੈ। ਡੈਫੀਨੇਟਲੀ ਪੰਜਾਬ ਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਹੈ ਕਿ ਐਡੀ ਕੌਨਸਟੀਟਿਊਸ਼ਨਲ ਪੋਸਟ 'ਤੇ ਬਹਿ ਕੇ ਬੰਦਾ ਗਲਤ ਕਿਉਂ ਬੋਲੇ। ਔਰ ਮਾਨ ਸਾਹਿਬ ਨੇ ਵੀ ਜੇ ਗਲਤ ਬਿਆਨਬਾਜ਼ੀ ਕੀਤੀ ਹੈ ਤਾਂ ਉਹਦੇ ਪਿੱਛੇ ਵੀ ਇੱਕ ਅਫਸੋਸਜਨਕ ਕੁਐਸਚਨ ਮਾਰਕ ਲੱਗਦਾ ਕਿ ਅਸੀਂ ਜਿਸ ਬੰਦੇ ਨੂੰ ਚੁਣ ਕੇ ਅੱਗੇ ਤੱਕ ਭੇਜਿਆ, ਅੱਜ ਉਹ ਸਾਡੇ ਸਟੇਟ ਦਾ ਰਾਜਾ ਹੈ, ਪਰ ਉਹ ਜੇ ਇਹੋ ਜਿਹੇ ਜਿਹਦੇ ਪਿੱਛੇ ਸਬੂਤ ਨੇ ਉਹੋ ਜਿਹੀਆਂ ਗੱਲਾਂ ਗਲਤ ਕਰਨਗੇ ਤਾਂ ਸਾਡੀ ਜਨਤਾ ਲਈ ਇਹਦਾ ਮਤਲਬ ਆਮ ਆਦਮੀ ਕੁੱਤੇ ਦੀ ਜ਼ਿੰਦਗੀ ਜੀਏ ਔਰ ਗੈਂਗਸਟਰ ਬਣ ਕੇ ਮੈਨੂੰ VVIP ਟ੍ਰੀਟਮੈਂਟ ਉਹ ਵੀ ਜੇਲ੍ਹ 'ਚ ਮਿਲੇ। ਇਟ ਮੀਨਸ ਕਿ ਉਹਨਾਂ ਨੂੰ ਫਰੀ ਸਿਕਿਉਰਟੀ ਵਾਲਾ ਇਹ ਜ਼ੋਨ ਦੇ ਦਿੱਤਾ ਕਿ ਤੁਸੀਂ ਅੰਦਰ ਬੈਠੇ ਆਪਣੇ ਨੈਟਵਰਕ ਚਲਾਓ, ਤੁਸੀਂ ਕਾਂਡ ਕਰੋ ਅਤੇ ਅਸੀਂ ਜਾ ਕੇ ਫਿਰ ਉਹਦੇ 'ਤੇ ਮੱਲਮ ਪੱਟੀ ਕਰ ਲਾਂਗੇ। ਉਹੀ ਗੱਲ ਹੈ ਕਿ ਪ੍ਰਿਵੈਂਟ ਨਹੀਂ ਕਰਾਂਗੇ, ਕਿਊਰੇਟਿਵ ਵੱਲ ਜਾਵਾਂਗੇ ਅਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਵੱਡੀ ਘਟਨਾ ਜਲਦੀ ਹੋਏਗੀ ਜਿਹਦੇ ਵਾਸਤੇ ਅਸੀਂ ਪੰਜਾਬੀ ਬੜਾ ਅਫਸੋਸ ਕਰਾਂਗੇ। ਅਤੇ ਸਮਝਣ ਦੀ ਲੋੜ ਹੈ ਕਿ ਇਹੋ ਜਿਹੀ ਬਿਆਨਬਾਜ਼ੀ, ਇੰਨੀ ਜ਼ਿੰਮੇਦਾਰ ਪੋਸਟਾਂ ਤੋਂ ਇਹੋ ਜਿਹੀ ਬਿਆਨਬਾਜ਼ੀ, ਇਹ ਸਾਨੂੰ ਤੰਗ ਕਰ ਰਹੀ ਹੈ। ਔਰ ਬੀਇੰਗ ਵਕੀਲ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਵਾਕਈ ਇੱਕ ਡਰ ਔਰ ਅਫਸੋਸ ਦਾ ਮਾਹੌਲ ਹੈਗਾ ਪੰਜਾਬ 'ਚ ਕਿ ਐਡੀ ਵੱਡੀ ਗੱਲ ਨੂੰ ਆਪਾਂ ਇਸ ਤਰ੍ਹਾਂ ਕਿਉਂ ਕਿਹਾ। ਹੁਣ ਉਹਦੇ ਪਿੱਛੇ ਵੀ ਏਜੰਸੀਆਂ ਲੱਗਣੀਆਂ ਚਾਹੀਦੀਆਂ ਵੀ ਇਹੋ ਜਿਹੀ ਗਲਤ ਬਿਆਨਬਾਜ਼ੀ ਕਿਉਂ ਕੀਤੀ ਗਈ, ਆਪਣੇ ਤੋਂ ਪੱਲਾ ਝਾੜ ਕੇ ਦੂਜੇ 'ਤੇ ਕਿਉਂ ਪਾਇਆ ਗਿਆ, ਅਤੇ ਕੁਛ ਨਾ ਕੁਛ ਤਾਂ ਕੁਛ ਕਾਲਾ ਹੈਗਾ ਜੀ ਜਾਂ ਦਾਲ ਕਾਲੀ ਹੈ, ਰੱਬ ਹੀ ਜਾਣਦਾ ਜੀ। ਹੁਣ ਮਾਣਯੋਗ ਅਦਾਲਤਾਂ ਵੱਲੋਂ, ਹਾਈ ਕੋਰਟ ਵੱਲੋਂ ਇਹ ਵੀ ਕਿਹਾ ਗਿਆ ਕਿ ਪ੍ਰਸ਼ਾਸਨ ਦੇ ਵਿੱਚ, ਪੁਲਿਸ ਦੇ ਵਿੱਚ ਕੁਛ ਕਾਲੀਆਂ ਭੇਡਾਂ ਮਿਲੀਆਂ ਹੋਈਆਂ ਨੇ। ਤੁਹਾਨੂੰ ਕੀ ਲੱਗਦਾ ਕਿ ਕਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ? ਦੇਖੋ, ਜਿੱਥੋਂ ਤੱਕ ਤਾਂ ਸਾਡੇ ਮਾਨਯੋਗ ਹਾਈ ਕੋਰਟ ਨੇ ਕਿਹਾ, ਉਹਨਾਂ ਨੇ ਤਾਂ ਕੁਛ ਕਿਹਾ, ਮੈਂ ਤਾਂ ਲੱਗਦਾ ਕਾਲੀਆਂ ਭੇਡਾਂ 'ਚ 1-2 ਚਿੱਟੇ ਭੇਡ ਰਹੇ ਨੇ, ਬਾਕੀ ਕਾਲੇ ਹੀ ਹੋ ਗਏ ਨੇ ਸਾਰੇ। ਕਿਉਂਕਿ ਦੇਖੋ ਨਾ, ਟੌਪ ਇੰਸਟੀਟਿਊਸ਼ਨ, ਮਤਲਬ ਮੇਰੀ ਹੁਣ ਆਫਿਸ 'ਚ 20 ਬੱਚੇ ਕੰਮ ਕਰਦੇ ਆ, ਅਤੇ ਜੋ ਮੈਂ ਸਟੇਟਮੈਂਟ ਦਿੰਦਾ ਉਹਨਾਂ 20 ਬੱਚਿਆਂ ਦੀ ਖਾਤਰ ਜਾਂ ਉਹਨਾਂ ਕੋਲ ਰਿਸਰਚ ਕਰਕੇ, ਇਟ ਮੀਨਸ ਕਿ ਮੇਰੇ ਕਿਤੇ ਨਾ ਕਿਤੇ ਮੈਂ ਜੇ ਮੈਂ ਬਿਆਨ ਦਿੱਤੇ ਨੇ ਤਾਂ ਮੈਂ ਕਿਉਂ ਇਹੋ ਜਿਹੇ ਬਿਆਨ ਦਿੱਤੇ ਨੇ। ਔਰ ਜਿੱਥੋਂ ਤੱਕ ਤੁਸੀਂ ਦੂਜਾ ਸਵਾਲ ਪੁੱਛਿਆ, ਮੇਰੇ ਹਿਸਾਬ ਨਾਲ ਐਡੀ ਵੱਡੀ ਕੌਨਸਟੀਟਿਊਸ਼ਨਲ ਪੋਸਟ 'ਤੇ ਬਹਿ ਕੇ ਜੇ ਇਹੋ ਜਿਹੀ ਗੱਲ ਕੀਤੀ, ਸਭ ਤੋਂ ਪਹਿਲਾਂ ਤਾਂ ਰਿਟਨ ਅਪੋਲੋਜੀ ਛਪਣੀ ਚਾਹੀਦੀ ਹੈ DGP ਵੱਲੋਂ ਵੀ, CM ਸਾਹਿਬ ਵੱਲੋਂ ਵੀ। ਔਰ ਦੂਜੀ ਚੀਜ਼, ਡੈਫੀਨੇਟਲੀ ਕੋਈ ਡਿਸਿਪਲਿਨਰੀ ਐਕਸ਼ਨ ਇਨੀਸ਼ੀਏਟ ਹੋਣਾ ਚਾਹੀਦਾ ਫੋਰ ਇਹੋ ਜਿਹੇ ਬੜੀ, ਜਿਹਨੂੰ ਮੈਂ ਕਹਾਂਗਾ, ਇਰਰਿਸਪੋਂਸੀਬਲ ਸਟੇਟਮੈਂਟ ਲਈ।
ਬੇਸ਼ੱਕ ਡੀ ਜੀ ਪੀ ਸਾਹਿਬ 'ਤੇ ਉਦੋਂ ਪ੍ਰੈਸ਼ਰ ਹੋ ਸਕਦਾ ਮੀਡੀਆ ਦਾ, ਪਬਲਿਕ ਦਾ, ਦੂਜਿਆਂ ਦਾ, ਅਤੇ ਕਲੀਅਰ ਕਹਿੰਦੇ ਕਿ ਮੈਂ 3 ਦਿਨ ਬਾਅਦ ਤੁਹਾਨੂੰ ਪ੍ਰੋਪਰ ਰਿਪੋਰਟ ਦਿਆਂਗਾ। ਐਡਾ 1 ਲੱਖ ਤੋਂ ਵੱਧ ਪੁਲਿਸ ਮੁਲਾਜ਼ਮ ਇਹਨਾਂ ਕੋਲ, ਅਤੇ ਹੋਰ ਲੱਖਾਂ 'ਚ ਨਫਰੀ ਹੈ, ਸਾਰੇ ਇੰਸਟਰੂਮੈਂਟ ਹੈ। ਮਹਾਰਾਣੀ ਪਟਿਆਲਾ ਦੇ ਪੈਸੇ ਵਿਦਇਨ 7 ਡੇਜ਼ 7 ਜ਼ਿਆਦਾ ਕਹਿੰਦੇ 4 ਦਿਨਾਂ 'ਚ, 4 ਦਿਨਾਂ 'ਚ ਪੈਸੇ ਹੀ ਵਾਪਸ ਆ ਗਏ ਸੀ, ਅਤੇ ਜ਼ਿੰਮੇਦਾਰਾਂ ਤੋਂ ਬੰਦੇ ਵੀ ਚੁੱਕੇ ਗਏ ਸੀ। ਇਹਦਾ ਮਤਲਬ ਇਨਫਰਾਸਟ੍ਰਕਚਰ ਅਵੇਲੇਬਲ ਹੈ, ਅਤੇ ਸੋਨੂ ਵੀਰ ਦੇ ਪੈਸੇ ਗੁਆਚਣਗੇ ਤਾਂ ਇਹਨਾਂ ਨੂੰ ਕੋਈ ਫਿਕਰ ਨਹੀਂ, ਮੇਰੇ ਬੈਂਕ 'ਚੋਂ ਲੁੱਟੇ ਜਾਣਗੇ ਇਹਨਾਂ ਨੂੰ ਕੋਈ ਫਿਕਰ ਨਹੀਂ। ਅਤੇ ਮੈਂ ਹੁਣ ਉਹੀ ਸੋਚ ਰਿਹਾ ਕਿ ਮੈਂ ਵੀ ਸੀ ਐੱਮ ਬਣਜਾਂ, ਕਿਉਂਕਿ ਘੱਟੋ ਘੱਟ ਜੇ ਪੈਸੇ ਗੁਆਚਣਗੇ ਲੱਭ ਤਾਂ ਜਾਣਗੇ, ਹੋਰ ਤਾਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹੀ ਕੰਮ ਹੋ ਰਿਹਾ, ਅਤੇ ਜਾਂ ਕਿਸੇ ਮਹਿਕਮੇ 'ਚ ਅਹੁਦਾ ਲੈ ਲਵਾਂ, ਕਿਉਂਕਿ ਆਮ ਬੰਦਾ ਤਾਂ ਮਾੜੀ ਜ਼ਿੰਦਗੀ ਜੀ ਰਿਹਾ, ਔਰ ਇਹਨਾਂ ਨੂੰ ਬਾਏ ਚੋਇਸ ਮਜ਼ੇ ਮਿਲ ਰਹੇ ਨੇ। ਅੱਛਾ, ਗੱਲਬਾਤ ਕਰਦੇ ਹਾਂ ਬਲਕੌਰ ਸਿੰਘ ਦੀ, ਸਿੱਧੂ ਮੂਸੇਵਾਲੇ ਦੇ ਪਿਤਾ ਦੀ। ਉਹਨਾਂ ਦਾ ਬਿਆਨ ਆਉਂਦਾ ਕਿ ਮੈਂ ਹੁਣ ਚਾਹੇ ਕੁਛ ਵੀ ਹੋ ਜੇ ਕਿ ਮੈਂ ਪ੍ਰਸ਼ਾਸਨ ਦੇ ਕੋਲ ਨਹੀਂ ਜਾਵਾਂਗਾ ਆਪਣੀ ਗਵਾਰ ਲੈ ਕੇ। ਕਹਿੰਦੇ ਨੇ ਕਿ ਮੈਨੂੰ ਤਾਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਸਰਕਾਰਾਂ ਹੀ ਗੈਂਗਸਟਰ ਬਣ ਗਈਆਂ ਨੇ, ਸਰਕਾਰਾਂ ਦੇ ਨਾਲ ਮਿਲੇ ਹੋਏ ਨੇ, ਸਰਕਾਰਾਂ ਉਹਨਾਂ ਦੇ ਨਾਲ ਮਿਲੀਆਂ ਹੋਈਆਂ, ਪੂਰਾ ਟ੍ਰੀਟਮੈਂਟ ਮਿਲ ਰਿਹਾ ਗੈਂਗਸਟਰਾਂ ਨੂੰ, ਤੁਹਾਨੂੰ ਕੀ ਲੱਗਦਾ ਉਹਨਾਂ 'ਤੇ ਸਿੱਧੇ ਇਲਜ਼ਾਮ ਲਗਾਏ ਗਏ ਨੇ? ਦੇਖੋ ਜਿਹੜੀ ਆਹ ਵਾਰਦਾਤ ਹੈ ਜਾਂ ਇਹ ਗੱਲਬਾਤ ਹੈ, ਇੱਥੋਂ ਤਾਂ ਵਾਕਈ ਮੈਨੂੰ ਵੀ ਡਰ ਲੱਗ ਰਿਹਾ ਜੀ, ਕਿਉਂਕਿ ਅੱਜ ਤੱਕ ਮੈਂ ਕਹਿੰਦਾ ਵੀ ਇੱਕ ਅਨਾਲਿਸਿਸ ਕਰਾਓ, ਪੰਜਾਬ ਪੁਲਿਸ ਨੇ ਕਿੰਨੇ ਪਰਚੇ ਦਰਜ ਕੀਤੇ ਅਤੇ ਕਿੰਨਿਆਂ 'ਚ ਇਹਨਾਂ ਨੂੰ ਜਿੱਤ ਹਾਸਲ ਹੋਈ ਹੈ। ਮਤਲਬ ਅੱਜ ਨਿਆਂ ਲੈਣ ਲਈ ਤੁਹਾਨੂੰ ਧੱਕੇ ਖਾਣੇ ਪੈਂਦੇ ਆ, ਪੁਲਿਸ ਵਾਲੇ ਸਾਡੀ ਡਿਊਟੀ ਲਾਉਂਦੇ ਕਿ ਫਲਾਣਾ ਰਿਕਾਰਡ ਲਿਆਓ। ਅੱਜ ਮੈਂ ਇੱਕ ਹੋਰ ਇਗਜ਼ਾਮਪਲ ਦਿੰਦਾ, ਇੱਕ ਲੜਕੀ ਦਾ ਕੇਸ ਹੈ, ਮੈਟ੍ਰੀਮੋਨੀਅਲ ਡਿਸਪਿਊਟ ਹੈ, ਉਹਦੇ ਨਾਲ ਉਹਦੇ ਘਰ 'ਚ ਰੇਪ ਹੋਇਆ, ਉਹਦੇ ਨਾਲ ਉਹਦੇ ਘਰ 'ਚ ਅਨੈਚੁਰਲ ਸੈਕਸ ਹੋਇਆ, ਉਹਦੇ ਨਾਲ ਉਹਦੇ ਘਰ 'ਚ ਸਹੁਰੇ ਨੇ ਛੇੜਛਾੜ ਕੀਤੀ ਹੈ ਉਹਦੇ ਮੈਟ੍ਰੀਮੋਨੀਅਲ ਘਰ 'ਚ, ਅਤੇ ਪੁਲਿਸ ਮੰਗ ਰਹੀ ਮੇਰੇ ਕੋਲ ਸਬੂਤ। ਔਰ ਮੰਗ ਕੌਣ ਰਿਹਾ? ਡੀ ਸੀ ਪੀ ਲਾ ਐਂਡ ਆਰਡਰ ਅੰਮ੍ਰਿਤਸਰ ਕਿ ਸਬੂਤ ਲੈ ਗਿਆ। ਮੈਂ ਕਿਹਾ ਮਾਈ ਡੀਅਰ, ਤੂੰ ਮੈਨੂੰ ਆਪਣੇ ਬੈੱਡਰੂਮ 'ਚ ਸਿਰਫ ਸੌਣ ਦਾ ਸਬੂਤ ਦੇ ਦੇ, ਤੇਰੇ ਘਰ ਕੈਮਰਾ ਲਵਾ ਲਾ, ਵੀ ਤੂੰ ਆਪਣੀ ਵਾਈਫ ਨਾਲ ਨਹੀਂ ਇਕੱਲੇ ਸੌਣ ਦਾ ਸਬੂਤ ਦੇ ਦੇ ਕਿ ਘਰ ਆਪਣੇ ਸੌਣ ਗਿਆ ਸੀ ਤੂੰ, ਲੋਬੀ 'ਚ ਕੈਮਰਾ ਹੋ ਸਕਦਾ, ਬਾਹਰ ਕੈਮਰਾ ਹੋ ਸਕਦਾ, ਕੌਣ ਲਵਾਉਂਦਾ ਆਪਣੇ ਬਾਥਰੂਮ 'ਚ ਕੈਮਰਾ, ਕੌਣ ਲਵਾਉਂਦਾ ਆਪਣੇ ਬੈੱਡਰੂਮ 'ਚ ਕੈਮਰਾ, ਇਹੋ ਜਿਹੇ ਮੂਰਖਾਂ ਨੂੰ ਕੌਣ ਸਮਝਾਵੇ? ਔਰ ਮਾਨਯੋਗ ਸੁਪਰੀਮ ਕੋਰਟ ਕਈ ਜੱਜਮੈਂਟ 'ਚ ਕਹਿ ਚੁੱਕੀ ਹੈ ਸਟੇਟਮੈਂਟ ਆਫ ਗਰਲ ਇਜ਼ ਸਫੀਸ਼ੀਐਂਟ, ਔਰ ਸਪੈਸੀਫਿਕ ਐਲੀਗੇਸ਼ਨ ਹੈ, ਡੇਟ, ਟਾਈਮ, ਵਾਰ, ਹਰਕਤ ਲਿਖੀ ਹੈ ਸਾਰੀ, ਅਤੇ ਫਿਰ ਕਹਿੰਦੇ ਸਬੂਤ ਲੈ ਕੇ ਆਓ। ਜਿਹੜੀ ਵਿਆਹੀ ਕੁੜੀ ਆਪਣਾ ਘਰ ਬਚਾਉਣਾ ਚਾਹੇਗੀ, ਕਿਆ ਉਹ ਪਹਿਲਾਂ ਮੈਡੀਕਲ ਕਰਾਉਣ ਜਾਏਗੀ ਕਿ ਹਾਂਜੀ ਅੱਜ ਤੁਸੀਂ ਮੇਰੇ ਨਾਲ ਗੰਦਾ ਕੰਮ ਕੀਤਾ ਅਤੇ ਮੈਂ ਜਾ ਕੇ ਮੈਡੀਕਲ ਕਰਾਵਾਂ, ਮੈਂ ਉੱਥੇ ਪੁਲਿਸ ਸੱਦਾਂ, ਵੀ ਜਿਹੜਾ ਮਾੜਾ ਮੋਟਾ ਘਰ, ਮਤਲਬ ਹਰ ਬੰਦਾ ਇੱਕ ਦੋ ਵਾਰੀ ਕੋਸ਼ਿਸ਼ ਕਰਦਾ ਕਿ ਸ਼ਾਇਦ ਵੀ ਪਾਪਾ ਜੀ ਇਹ ਕੰਮ ਇੱਧਰ ਠੀਕ ਨਹੀਂ, ਬਚੋ। ਮੰਨ ਲਓ ਮੈਂ ਕਰਪਟ ਹਾਂ, ਮੈਂ ਸ਼ਰਾਰਤ ਕੀਤੀ ਹੈ, ਅਤੇ ਮੈਨੂੰ ਵਾਰਨਿੰਗ ਤਾਂ ਆਏਗੀ ਨਾ ਇੱਕ ਅੱਧੀ, ਅਤੇ ਜੇ ਉਹ ਵਾਰਨਿੰਗ ਤੋਂ ਬਾਅਦ ਅਗਲੀ ਹਰਕਤ ਹੋਏਗੀ ਅਤੇ ਫਿਰ ਉਹਦੀ ਸੀਟੀ ਵੱਜੇਗੀ, ਫਿਰ ਪੁਲਿਸ ਕਹੇਗੀ ਸਬੂਤ ਲੈ ਕੇ ਆਓ, ਫਿਰ ਆਪਾਂ ਸਬੂਤ ਇਕੱਠੇ ਕਰੀਏ, ਤਾਂ ਮਤਲਬ ਘਰਾਂ 'ਚ ਕੈਮਰੇ ਲਵਾ ਲਈਏ ਹੁਣ। ਸੋ ਤੁਹਾਨੂੰ ਇੱਥੇ ਅੱਜ ਦੀ ਤਰੀਕ 'ਚ ਮੈਂ ਅਫਸੋਸ ਨਾਲ ਕਹਿ ਰਿਹਾ, ਮੈਂ ਉਸ ਤੋਂ ਵੱਡੀ ਗੱਲ ਕਰਦਾ, ਜੱਜ ਸਾਹਿਬ ਦੀ ਇੱਕ ਸੁਣਾ ਦਿੰਦਾ ਕਹਾਣੀ। ਕਪੂਰਥਲਾ ਦੀ ਕੋਰਟ ਰੂਮ ਦੇ ਅੰਦਰ ਇੱਕ ਬੇਟੀ ਦੇ ਮੂੰਹ 'ਤੇ ਕਾਲਕ ਮਲੀ ਸਹੁਰੇ ਪਰਿਵਾਰ ਨੇ, ਮੈਂ ਗਵਾਹ ਹਾਂ ਉਹਦਾ, ਰਿਟਨ ਕੰਪਲੇਂਟ ਦਿੱਤੀ, ਜੱਜ ਮੁੱਕਰ ਗਿਆ, ਕਹਿੰਦਾ ਇੱਥੇ ਹੋਇਆ ਕੁਛ ਨਹੀਂ, ਕਿੱਥੋਂ ਇਨਸਾਫ ਲੈਣ ਜਾਓਗੇ? ਬੜੀ ਸ਼ਰਮ ਦੀ ਗੱਲ ਹੈ, ਮੈਂ ਅੱਜ ਫਸਟ ਟਾਈਮ ਔਨ ਕੈਮਰਾ ਇੰਨੀ ਗੱਲ ਦੱਸੀ ਹੈ, ਔਰ ਅਸੀਂ ਉਹਦੀ ਕੰਪਲੇਂਟ ਪਾਈ ਹੈ, ਮੈਂ ਉਸ ਬਿਆਨਾਂ ਨੂੰ ਤਸਦੀਕ ਕੀਤਾ, ਮੈਂ ਵੀ ਅਫਸਰ ਆਫ ਕੋਰਟ ਹਾਂ, ਮੈਨੂੰ ਧਮਕੀ ਦਿੱਤੀ ਕਿ ਜੇ ਤੂੰ ਇਹਨਾਂ ਦਾ ਸਾਥ ਦੇਂਗਾ ਤਾਂ ਮੈਂ ਤੇਰੇ 'ਤੇ 4 ਲੈਣਾ ਲਿਖੂੰਗੀ। ਮੈਂ ਕਿਹਾ ਨਹੀਂ, 10 ਲਿਖਿਓ, 4 'ਚ ਮੇਰਾ ਘਰ ਨਹੀਂ ਭਰਨਾ, ਮੈਂ ਤਾਂ ਸਿੱਧਾ ਖੜ੍ਹਾ ਰਹੂੰਗਾ, ਸੱਚ ਨਾਲ ਖੜ੍ਹਾ ਰਹੂੰਗਾ, ਮੈਂ ਗੁਰਦੁਆਰੇ ਗ੍ਰੰਥ ਸਾਹਿਬ ਦੇ ਹੱਥ ਰੱਖ ਕੇ ਸਹੁੰ ਖਾਣ ਨੂੰ ਵੀ ਤਿਆਰ ਹਾਂ ਕਿ ਇਹ ਕਾਂਡ ਹੋਇਆ ਉੱਥੇ, ਜਿਹਨੇ ਜ਼ਮੀਰ ਵਿੱਚ ਹੀ ਵਿੱਚ ਹੀ ਰਹੇ, ਮੈਂ ਅੱਜ ਵੀ ਉਹਦੀ ਸ਼ਿਕਾਇਤ ਅੱਗੇ ਤੱਕ ਲੈ ਕੇ ਜਾਵਾਂਗਾ। ਠੀਕ ਹੈ, ਜੁਡੀਸ਼ਰੀ ਨੂੰ ਅਸੀਂ ਬਦਨਾਮ ਨਹੀਂ ਕਰਨਾ ਚਾਹੁੰਦੇ, 2-4 ਕਾਲੀਆਂ ਭੇਡਾਂ ਸਾਡੇ 'ਚ ਵੀ ਹੈਗੀਆਂ ਨੇ, ਪਰ ਡੈਫੀਨੇਟਲੀ ਸਾਡੇ ਵਰਗਾ ਇੱਕ ਇੰਦੌਰੇ ਦਾ ਜੱਜ ਸੀ, ਉਹਨੇ ਇੱਕ ਗਲਤ ਆਰਡਰ ਪਾਸ ਕੀਤੇ,
ਦੋਸ਼ੀ ਉਹ ਦੂਜੀ ਪਾਰਟੀ ਨਾਲ ਰਲ ਕੇ ਮੈਂ ਉਹਦੀ ਸ਼ਿਕਾਇਤ ਕੀਤੀ ਅਤੇ ਉਹਦੀ ਬਦਲੀ ਹੋਈ ਫਿਰ। ਸੁਨੀਲ ਮਲਨ ਜੀ ਮੰਨੇ ਹੀ ਤਾਂ ਜਾਂਦੇ ਨੇ ਕਿਉਂਕਿ ਸੱਚਾਈ 'ਤੇ ਹਮੇਸ਼ਾ ਖੜ੍ਹੇ ਰਹਿੰਦੇ ਨੇ, ਕਦੇ ਕਿਸੇ ਦੇ ਅੱਗੇ ਦਵੇ ਨਹੀਂ ਹੈਗੇ, ਮੈਂ ਦੇਖਿਆ। ਅੱਛਾ ਲਾਸਟ ਸਵਾਲ ਲਵਾਂਗੇ, ਜਿਸ ਤਰੀਕੇ ਦੇ ਨਾਲ ਯਾਨੀ ਸਿੱਧੂ ਮੂਸੇਵਾਲੇ ਦਾ ਕੇਸ ਚੱਲ ਰਿਹਾ, ਤੁਹਾਨੂੰ ਲੱਗਦਾ ਕਿ ਉਹ ਇਨਸਾਫ਼ ਦੇ ਬਿਲਕੁਲ ਨੇੜੇ ਨੇ? ਕਿਉਂਕਿ ਹੁਣ ਇਹ ਵੀ ਪਤਾ ਚੱਲ ਗਿਆ ਕਿ ਇੰਟਰਵਿਊ ਕਿੱਥੇ ਹੋਇਆ, ਪਹਿਲੀ ਪੰਜਾਬ ਦੇ ਵਿੱਚ, ਦੂਜੀ ਰਾਜਸਥਾਨ ਦੇ ਵਿੱਚ। ਦੇਖੋ ਜੀ, ਇਨਸਾਫ਼ ਦਿਵਾਉਣਾ ਕਿੰਨੇ ਹੈ? ਉਸ ਏਜੰਸੀ ਨੇ ਜਿਹੜੀ ਝੂਠ ਬੋਲ ਰਹੀ ਹੈ, ਹੁਣ ਅਗਲੀ ਚੀਜ਼ 'ਤੇ ਕਿਤੇ ਹੋਰ ਕੁਛ ਮੈਨੂਪਲੇਟ ਕਰ ਲੈਣਗੇ, ਠੀਕ ਹੈ ਕਿ ਨਹੀਂ? ਅਤੇ ਰੱਬ ਹੀ ਜਾਣਦਾ ਜੀ, ਇਨਸਾਫ਼ ਤਾਂ ਬਾਬਾ ਨਾਨਕ ਹੀ ਦਵਾਊਗਾ ਜੀ, ਕਿੱਦਾਂ ਦਵਾਏਗਾ, ਕਿਵੇਂ ਦਵਾਏਗਾ, ਇਹ ਤਾਂ ਬਾਬਾ ਨਾਨਕ ਹੀ ਸਾਡਾ ਵੇਖੇਗਾ, ਅਤੇ ਅਸੀਂ ਉਹਦੇ ਰਹਿਮੋ ਕਰਮ 'ਤੇ ਚੱਲ ਰਹੇ ਹਾਂ। ਮੈਨੂੰ ਤਾਂ ਉਮੀਦ ਨਹੀਂ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਹੋਰ ਵੱਲੋਂ, ਠੀਕ ਹੈ ਨਾ? ਬਾਕੀ ਦੇਖਦੇ ਹਾਂ, ਬਾਕੀ ਕੋਈ ਪਤਾ ਨਹੀਂ, ਕੋਈ ਇਹਦੇ ਦਿਲ 'ਚ ਰਹਿਮ ਪੈ ਜੇ, ਕੋਈ ਚੰਗਾ ਕੰਮ ਵੀ ਕਰ ਜੇ, ਪਰ ਅਫਸੋਸ ਕਾਫੀ ਹੈ। ਧੰਨਵਾਦ ਮਲਨ ਸਰ, ਤੁਸੀਂ ਸਮਾਂ ਦਿੱਤਾ ਕੀਮਤੀ ਸਮੇਂ। ਧੰਨਵਾਦ ਜੀ ਤੁਹਾਡਾ ਵੀ ਅਤੇ ਦਰਸ਼ਕਾਂ ਦਾ ਵੀ, ਮੇਰੀਆਂ ਕੌੜੀਆਂ ਗੱਲਾਂ ਸੁਣਨੀਆਂ, ਬੜਿਆਂ ਨੂੰ ਚੁਭਣੀਆਂ, ਪਰ ਕੋਈ ਗੱਲ ਨਹੀਂ, ਵੇਖੀ ਜਾਏਗੀ। ਸੋ ਇਹ ਸੀ ਜੀ ਆਪਣੇ ਨਾਲ ਐਡਵੋਕੇਟ ਸੁਨੀਲ ਮਲਨ ਜੀ, ਜਿਨ੍ਹਾਂ ਨਾਲ ਗੱਲਬਾਤ ਕੀਤੀ। ਸੋ ਕਿੱਦਾਂ ਦੀ ਲੱਗੀ ਗੱਲਬਾਤ, ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ। ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹਰ ਵਾਰ ਆਪਾਂ ਕਿਸੇ ਨਾ ਕਿਸੇ ਮੁੱਦੇ 'ਤੇ ਕਿਸੇ ਨਾ ਕਿਸੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਸੋ ਲਾਰੈਂਸ ਬਿਸ਼ਨੋਈ ਦੇ ਕੇਸ ਬਾਰੇ ਗੱਲਬਾਤ ਕੀਤੀ। ਸੋ ਕਿੱਦਾਂ ਦੀ ਲੱਗੀ ਗੱਲਬਾਤ, ਕਮੈਂਟ ਕਰਕੇ ਜ਼ਰੂਰ ਦੱਸਣਾ। ਜਿਨ੍ਹਾਂ ਨੇ ਚੈਨਲ ਸੱਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰ ਲੈਣ। ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਹੋਰ ਮੁੱਦੇ 'ਤੇ ਗੱਲਬਾਤ ਕਰਦੇ ਹੋਏ। ਤਦ ਤੱਕ ਮੈਨੂੰ ਦੋ ਇਜਾਜ਼ਤ, ਕੈਮਰਾਮੈਨ ਬਿੱਟੂ ਰਾਣਾ ਦੇ ਨਾਲ ਸੋਨੂੰ ਜਾਂਸਲਾ ਦੀ ਰਿਪੋਰਟ, ਚੰਡੀਗੜ੍ਹ।